ਆ ਨਵਾਂ ਪ੍ਰਧਾਨ ਕੌਣ ਹੋਏਗਾ ਇਸ ਤੇ ਜੰਗ ਛਿੜ ਚੁੱਕੀ ਹੈ ਨਾ ਚਿਹਰਿਆਂ ਤੇ ਚਰਚਾ ਛਿੜ ਚੁੱਕੀ ਔਰ ਨਾ ਚਾਹ ਚਿਹਰਿਆਂ ਜੋ ਹੁਣ ਨਵਜੋਤ ਸਿੱਧੂ ਤੋਂ ਬਾਅਦ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਏਗਾ ਹਰ ਇੱਕ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਸੀ ਤੇ ਅੱਜ ਇਹ ਨਾ ਚਾਹ ਲੀਡਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਸਭ ਤੋਂ ਪਹਿਲੇ ਰਾਜਾ ਵੜਿੰਗ ਦਾ ਨਾਮ ਸਾਹਮਣੇ ਆ ਰਿਹਾ ਹੈ ਦੂਸਰੇ ਨੰਬਰ ਤੇ ਰਵਨੀਤ ਬਿੱਟੂ ਤੀਸਰੇ ਨੰਬਰ ਤੇ ਸੰਤੋਖ ਚੌਧਰੀਆ ਚੌਥੇ ਨੰਬਰ ਤੇ ਸੁਖਜਿੰਦਰ ਰੰਦਾਵਾ ਇਹ ਚਾਰ ਨਾਮ ਸਾਹਮਣੇ ਆ ਰਹੇ ਨੇ ਇਹਨਾਂ ਚਾਰ ਚਹਿਰਿਆਂ ਤੇ ਚੱਚਾ ਛੜੀ ਹੋਈ ਹੈ ਨਾ ਚਾਰ ਚਹਰਿਆਂ 'ਚ ਕੋਈ ਇੱਕ ਹੁਣ ਨਵਜੋਤ ਸਿੱਧੂ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਹੋ ਸਕਦਾ ਹੈ ਤਾਂ ਕਾਂਗਰਸ ਦੀ ਹਾਰ ਤੋਂ ਬਾਅਦ ਹਾਂ ਕਾਂਗਰਸ ਇਸ ਤੇ ਮੰਥਨ ਕਰਦੀ ਔਰ ਇਹ ਕਿਹਾ ਜਾਂਦਾ ਕਿ ਨਵਜੋਤ ਸਿੱਧੂ ਤੇ ਚੰਨੀ ਦੀ ਜੋ ਜੋੜੀ ਬਣਾਈ ਗਈ ਸੀ ਉਹ ਨਹੀਂ ਠੀਕ ਹੋਈ ਲੋਕਾਂ ਨੂੰ ਪਸੰਦ ਨਹੀਂ ਹੋਈ ਦੋਸਤੋ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਔਰ ਹੁਣ ਫਿਰ ਚੱਚਾ ਛੜੀ ਕਿ ਆਖਿਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਏਗਾ ਇਹਨਾਂ ਚਾਰ ਨਾਮਾਂ ਤੇ ਚਰਚਾ ਹੋ ਰਹੀ ਹੈ ਚਾਰ ਨਾਮ ਨੇ ਅਮਰਿੰਦਰ ਰਾਜਾ ਵੜਿੰਗ ਰਵਨੀਤ ਬਿੱਟੂ ਸੰਤੋਖ ਚੌਧਰੀ ਔਰ ਸੁਖਜਿੰਦਰ ਰੰਦਾਵਾ ਇਹਨਾਂ ਚਾਰ ਨਾਮਾਂ ਤੇ ਜੰਗ ਛੇੜੀ ਔਰ ਇਹਨਾਂ ਚਾਰ ਚਿਹਰਿਆਂ ਚੋਂ ਕੋਈ ਇੱਕ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਹੋ ਸਕਦੇ ਔਰ ਸਰਪ ਸਹਿਮਤੀ ਦੇ ਨਾਲ ਇਹ ਚਾਰ ਨਾਮ ਅੱਗੇ ਲਿਆਏ ਗਏ ਨੇ ਇਹਨਾਂ ਚਾਰ ਲੀਡਰਾਂ ਦੇ ਨਾਮ ਸਰਪ ਸਹਿਮਤੀ ਦੇ ਨਾਲ ਅੱਗੇ ਦੱਸੇ ਗਏ ਨੇ ਤਾਂ ਇੱਕ ਚਿੱਠੀ ਦੌਰਾਨ ਇਹ ਨਾਮਾਂ ਤੇ ਗੱਲ ਹੋਈ ਹੈ ਰਵਨੀਤ ਬਿੱਟੂ ਰਾਜਾ ਵਡਿੰਗ ਸੰਤੋਖ ਚਾਦਰੀ ਤੇ ਰੰਦਾਵਾ ਦਾ ਨਾਮ ਇਹ ਚਾਰ ਨਾਮਾਂ ਤੇ ਚਰਚਾ ਹੋ ਰਹੀ ਹੈ ਸੁਪਾ ਕਮੇਟੀ ਨੇ ਇਹ ਚਾਰ ਲੀਡਰਾਂ ਦੇ ਨਾਮ ਅੱਗੇ ਭੇਜੇ ਨੇ ਔਰ ਕੁਝ ਹੀ ਦਿਨਾਂ ਦੇ ਵਿੱਚ ਐਲਾਨ ਹੋ ਸਕਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਹੋਏਗਾ ਇਸ ਸਸਪੈਂਸ ਤੋਂ ਪਰਦਾ ਉੱਠ ਸਕਦਾ ਔਰ ਬਹੁਤ ਜਲਦ ਪਤਾ ਲੱਗ ਸਕਦਾ ਕਿ ਨਾ ਚਾਰ ਨਾਮਾਂ ਤੋਂ ਹੁਣ ਕੌਣ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਹੋਏਗਾ ਪਹਿਲੇ ਨਵਜੋਤ ਸਿੰਘ ਸਿੱਧੂ ਤੇ ਹੁਣ ਉਹਨਾਂ ਦੇ ਸਤੀਫੇ ਤੋਂ ਬਾਅਦ ਇਹਨਾਂ ਚਾਰ ਨਾਮਾਂ ਤੇ ਜੰਗ ਛੇੜੀ ਹੋਈ ਹੈ ਇਹਨਾਂ ਚਾਰ ਚਿਹਰਿਆਂ ਤੇ ਗੱਲਬਾਤ ਹੋ ਰਹੀ ਹੈ ਸਰਬਸਹਿਮਤੀ ਦੇ ਨਾਲ ਇਹ ਚਾਰ ਨਾਮ ਸਾਹਮਣੇ ਆਏ ਨੇ ਸੂਬਾ ਕਮੇਟੀ ਨੇ ਇਹਨਾਂ ਚਾਰ ਲੀਡਰਾਂ ਦੇ ਨਾਲ ਅੱਗੇ ਭੇਜੇ ਨੇ ਔਰ ਹਾਈ ਕਮਾਂਡ ਵੱਲੋਂ ਫੈਸਲਾ ਲਿੱਤਾ ਜਾਣਾ ਕਿ ਆਖਿਰ ਇਹਨਾਂ ਚਾਰਾ ਚਿਹਰਿਆਂ 'ਚੋਂ ਹੁਣ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਏਗਾ ਪੰਜਾਬ ਦੇ ਵਿੱਚ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਏਗਾ ਤੁਹਾਨੂੰ ਦੱਸਦੀ ਕਿ ਚਾਰ ਵੱਡੇ ਚਿਹਰੇ ਜੋ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਸੁਖਜਿੰਦਰ ਰੰਧਾਵਾ ਸੰਤੋਖ ਚੌਧਰੀ ਰਵਨੀਤ ਬਿੱਟੂ ਔਰ ਅਮਰਿੰਦਰ ਰਾਜਾ ਵੜेंगे ਚਾਰ ਨਾਂ ਇਨ੍ਹਾਂ ਤੇ ਚਰਚਾ ਹੋ ਰਹੀ ਹੈ ਹਾਲਾਂਕਿ ਕਾਂਗਰਸ ਦੀ ਹਾਰ ਤੋਂ ਬਾਅਦ ਕਿਹੜੇ ਚ ਲੈਂਦੇ ਨੇ ਨਵਜੋਤ ਸਿੱਧੂ ਨੂੰ ਕਹਿੰਦੇ ਨੇ ਕਿ ਸਹੀ ਪ੍ਰਧਾਨ ਨਹੀਂ ਸੀ ਕਾਫੀ ਲੀਡਰਾਂ ਦੇ ਵਿੱਚ ਹੀ ਆਪਸੀ ਗੱਲਬਾਤ ਨਹੀਂ ਬਣਦੀ ਕਾਂਗਰਸ ਦੇ ਵਿੱਚ ਆਪਸੀ ਕਮਸਾਨ ਹੈ ਜੋ ਕਾਰਨ ਬਣਦਾ ਹੈ ਸਾਬਕਾ ਵਿਧਾਇਕ ਲੁਧਿਆਣਾ ਗੇਲ ਤੋਂ ਕੁਲਦੀਪ ਵੈਦ ਵੀ ਲਗਾਤਾਰ ਇੰਟਰਵਿਊਜ਼ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕਾਂਗਰਸ ਦੇ ਵਿੱਚ ਕਮਜ਼ੋਰੀ ਨਹੀਂ ਅੰਨਾ ਸੀ ਕਿ ਜਿਸ ਤੋਂ ਬਾਅਦ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਨੂੰ ਜਿੱਤ ਦੇ ਵੱਲ ਪੇਤ ਦਿੱਤਾ ਗਿਆ ਔਰ ਕਾਂਗਰਸ ਦੀ ਹਾਰ ਹੋਈ ਤਾਂ ਉਹ ਆਪ ਮੰਨਦੇ ਨੇ ਕਾਂਗਰਸੀ ਲੀਡਰ ਇਸ ਵਕਤ ਆਪ ਮੰਨੇ ਨੇ ਕਿ ਹਾਰ ਦਾ ਕਾਰਨ ਇਹ ਸੀਗਾ ਕਿ ਕਾਂਗਰਸ ਦਾ ਆਪਸੀ ਕਮਜ਼ੋਰੀ ਨਹੀਂ ਮੁੱਕਿਆ ਲੀਡਰਾਂ ਦਾ ਆਪਸੀ ਲੜਾਈ ਹੀ ਨਹੀਂ ਮੁੱਕੀ ਜਿਸ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਦਾਂ ਫਤਵਾ ਸੌਮ ਦਿੱਤਾ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਚर्चा ਛੜੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਨਾ ਚਾਰ ਚਿਹਰਿਆਂ 'ਚੋਂ ਕੌਣ ਹੋ ਸਕਦਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਹੋਣਾ ਚਾਹੀਦਾ ਤੁਸੀਂ ਵੀ ਕਮੈਂਟਾਂ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਕਿ ਕੌਣ ਤੁਹਾਨੂੰ ਲੱਗਦਾ ਹੈ ਬਿਲਕੁਲ ਫਿੱਟ ਚਿਹਰਾ ਹੈ ਜੋ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣਾ ਚਾਹੀਦਾ ਚਾਰ ਚਿਹਰਿਆਂ ਤੇ ਚਰਚਾ ਹੋ ਰਹੀ ਹੈ ਸੂਬਾ ਕਮੇਟੀ ਵੱਲੋਂ ਇਹ ਚਾਰ ਨਾਂ ਅੱਗੇ ਭੇਜੇ ਗਏ ਨੇ ਰਾਜਾ ਵਿੜਿੰਗ ਰਵਨੀਤ ਬਿੱਟੂ ਸੰਤੋਖ ਚੌਧਰੀ ਔਰ ਸੁਖਜਿੰਦਰ ਰੰਦਾਵਾ ਇਹ ਚਾਰ ਨਾਂ ਨੇ ਜਿਨ੍ਹਾਂ ਤੇ ਸਰਬਸਹਿਮਤੀ ਬਣੀ ਹੈ ਔਰ ਸੂਬਾ ਕਮੇਟੀ ਵੱਲੋਂ ਇਹ ਚਾਰ ਨਾਂ ਹਾਈ ਕਮਾਂਡ ਤੱਕ ਭੇਜੇ ਗਏ ਨੇ ਜਿਸ ਤੋਂ ਬਾਅਦ ਹੁਣ ਫੈਸਲਾ ਹੋਏਗਾ ਔਰ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਹੋਏਗਾ ਇਸ ਤੇ ਐਲਾਨ ਹੋ ਸਕਦਾ ਹੈ